ਅੱਗੇ ਵਧਦੇ ਹਾਂ। ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਜਿਹੜਾ ਹੈ ਭਾਰਤ ਲਿਆਂਦਾ ਗਿਆ, ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਇਸ ਨੂੰ। ਜਿਸ ਹਿਸਾਬ ਦੇ ਨਾਲ 2016 ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ ਤਾਂ ਖੂੰਖਾਰ ਅਪਰਾਧੀ ਭੱਜ ਗਏ ਸਨ, ਉਹ ਤੋਂ ਬਾਅਦ ਪੁਲਿਸ ਦੇ ਹੱਥ ਖਾਲੀ ਸਨ ਹੁਣ ਤੱਕ। ਲੇਕਿਨ ਹੁਣ ਹਾਂਗਕਾਂਗ ਤੋਂ ਭਾਰਤ ਲਿਆਇਆ ਜਾ ਰਿਹਾ ਮਾਸਟਰਮਾਈਂਡ ਰੂਮੀ ਅੱਜ ਸ਼ਾਮ 4 ਵਜੇ ਰਾਜਧਾਨੀ ਦਿੱਲੀ ਏਅਰਪੋਰਟ 'ਤੇ ਪਹੁੰਚ ਜਾਏਗਾ, ਜਿਸ ਨੂੰ ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਲਿਆਂਦਾ ਜਾ ਰਿਹਾ ਹੈ। ਤਾਂ ਨਾਭਾ ਜੇਲ੍ਹ ਬ੍ਰੇਕ ਕੇਸ ਦੇ ਵਿੱਚ ਵੱਡੀ ਲੀਡ ਹਾਸਿਲ ਹੋਈ ਹੈ, ਪੁਲਿਸ ਦੇ ਹੱਥ ਲੱਗੀ ਹੈ ਵੱਡੀ ਕਾਮਯਾਬੀ। ਅਤੇ ਇਸ ਦੇ ਨਾਲ ਹੀ ਇਸੇ ਖਬਰ 'ਤੇ ਮੇਰੇ ਸਹਿਯੋਗੀ ਰੋਹਿਤ ਬੰਸਲ ਲਾਈਵ ਜੁੜੇ ਨੇ। ਰੋਹਿਤ, ਪੰਜਾਬ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਸਨ 2016 ਤੋਂ ਬਾਅਦ, ਕਿਉਂਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਬਹੁਤ ਚਰਚਾ ਦਾ ਵਿਸ਼ਾ ਰਿਹਾ। ਲੇਕਿਨ ਹੁਣ ਜਿਹੜੀ ਕਾਮਯਾਬੀ ਹੱਥ ਲੱਗੀ ਹੈ, ਕੀ ਕੁਝ ਖਾਸ ਅਪਡੇਟ ਹੈ? ਹਾਂ ਦੇਖੋ, ਬਿਲਕੁਲ, ਜਿਸ ਸਮੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਸੁਖਬੀਰ ਸਿੰਘ ਬਾਦਲ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸੀ, ਤਾਂ ਉਸ ਸਮੇਂ ਇੱਕ ਵੱਡਾ ਜੇਲ੍ਹ ਬ੍ਰੇਕ ਹੁੰਦਾ ਹੈਗਾ, ਨਾਭਾ ਜੇਲ੍ਹ ਬ੍ਰੇਕ। ਨਾਭਾ ਸ਼ਹਿਰ ਦੇ ਅੰਦਰ ਜੋ ਜੇਲ੍ਹ ਹੈਗੀ ਉਸ ਨੂੰ ਤੋੜਿਆ ਜਾਂਦਾ ਔਰ ਬਹੁਤ ਸਾਰੇ ਅਪਰਾਧੀ ਨੇ ਜਿਹੜੇ ਖੂੰਖਾਰ ਅਪਰਾਧੀ ਸੀਗੇ ਉਹ ਉੱਥੋਂ ਕਹਿ ਲਈਏ ਕਿ ਭੱਜ ਗਏ। ਇਹਨਾਂ ਦੇ ਵਿੱਚੋਂ ਮੁੱਖ ਤੌਰ 'ਤੇ ਦੇਖਿਆ ਜਾਵੇ ਤਾਂ ਵਿੱਕੀ ਗੌਂਡਰ ਦਾ ਨਾਮ ਹੈ ਜਿਹੜਾ ਉਹ ਸਭ ਤੋਂ ਅਹਿਮ ਚਰਚਾ ਦੇ ਵਿੱਚ ਰਿਹਾ, ਜਿਨ੍ਹਾਂ ਦਾ ਬਾਅਦ ਦੇ ਵਿੱਚ ਇਨਕਾਊਂਟਰ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਕੀਤਾ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੇਖੋਂ, ਨੀਟਾ ਦਿਓਲ, ਹੋਰ ਬਹੁਤ ਸਾਰੇ ਨਾਮ ਅਜਿਹੇ ਸੀ ਜਿਹੜੇ ਇਸ ਜੇਲ੍ਹ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹਨਾਂ ਨੂੰ ਜਾਂ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਜਾਂ ਉਹਨਾਂ ਦੇ ਵਿੱਚੋਂ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਵਿੱਕੀ ਗੌਂਡਰ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈਗਾ। ਪਰ ਇਸ ਪੂਰੀ ਘਟਨਾ ਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਸੀਗਾ ਉਹ ਹੱਥ ਸੀਗਾ ਰਮਨਜੀਤ ਸਿੰਘ ਉਰਫ ਜਿਹਨਾਂ ਨੂੰ ਕਹਿੰਦੇ ਆ ਕਿ ਰੂਮੀ, ਉਹ ਹਾਂਗਕਾਂਗ ਦੇ ਰਹਿਣ ਵਾਲੇ ਸੀਗੇ। ਰੂਮੀ ਹਾਂਗਕਾਂਗ ਦੇ ਨਾਮ ਦੇ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਔਰ ਪਿਛਲੇ ਦਿਨਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਜਿਹੜੀ ਇਹਨਾਂ ਨੂੰ ਗ੍ਰਿਫਤਾਰ ਹੈਗਾ ਕੀਤਾ ਗਿਆ ਸੀਗਾ ਔਰ ਇਸ ਪੂਰੇ ਨਾਭਾ ਜੇਲ੍ਹ ਬ੍ਰੇਕ ਦਾ ਜਿਹੜਾ ਮਾਸਟਰਮਾਈਂਡ ਹੈਗਾ ਉਹ ਰੂਮੀ ਹਾਂਗਕਾਂਗ ਨੂੰ ਦੱਸਿਆ ਗਿਆ ਸੀਗਾ। ਰੂਮੀ ਹਾਂਗਕਾਂਗ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸ ਨੂੰ ਹਾਂਗਕਾਂਗ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈਗਾ, ਉਸ ਤੋਂ ਬਾਅਦ ਜਿਹੜੀ ਭਾਰਤ ਦੇ ਵੱਲੋਂ ਸਪੁਰਦਗੀ ਆ ਉਹ ਮੰਗੀ ਜਾਂਦੀ ਹੈਗੀ ਔਰ ਪੰਜਾਬ ਪੁਲਿਸ ਦੀਆਂ ਜਿਹੜੀਆਂ ਕਹਿ ਲਈਏ ਕਿ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਹੁਣ ਜਿਹੜਾ ਰੂਮੀ ਜਿਹੜਾ ਹਾਂਗਕਾਂਗ ਹੈਗਾ ਉਸ ਨੂੰ ਆਪਣੇ ਅਧੀਨ ਲਿਆਂਦਾ ਜਾਏਗਾ ਔਰ ਅੱਜ ਸ਼ਾਮ ਨੂੰ ਠੀਕ 4 ਵਜੇ ਜਿਹੜਾ ਹਾਂਗਕਾਂਗ ਤੋਂ ਸਿੱਧਾ ਭਾਰਤ ਦਿੱਲੀ ਦੇ ਲਈ ਪਹੁੰਚੂਗਾ ਰੂਮੀ, ਜਿਹੜਾ ਰੂਮੀ ਹਾਂਗਕਾਂਗ ਔਰ ਠੀਕ 4:30 ਵਜੇ ਏਅਰਪੋਰਟ ਤੋਂ ਬਾਹਰ ਹੈ ਜਿਹੜਾ ਉਹ ਰੂਮੀ ਹਾਂਗਕਾਂਗ ਆਉਣ ਵਾਲਾ। ਤਾਂ ਇੱਕ ਵੱਡੀ ਸਫਲਤਾ ਇਸ ਚੀਜ਼ ਨੂੰ ਕਹਿ ਸਕਦੇ ਹਾਂ, ਜਿਸ ਤਰੀਕੇ ਦੇ ਨਾਲ ਨਾਭਾ ਜੇਲ੍ਹ ਦੇ ਨਾਲ ਜੁੜੀ ਹੋਈ ਇਹ ਘਟਨਾ ਸੀਗੀ, ਉਸ ਘਟਨਾ ਤੋਂ ਬਾਅਦ ਉਸ ਨੂੰ ਟਰੇਸ ਕਰਨਾ, ਉਸ ਨੂੰ ਗ੍ਰਿਫਤਾਰ ਕਰਨਾ ਔਰ ਉਸ ਤੋਂ ਬਾਅਦ ਉਸ ਨੂੰ ਵਾਪਸ ਲੈ ਕੇ ਆਉਣਾ, ਤਾਂ ਪੰਜਾਬ ਪੁਲਿਸ ਦੇ ਵੱਲੋਂ ਬਕਾਇਦਾ ਤੌਰ 'ਤੇ ਜਿਹੜੀ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਪੂਰੇ ਦੇ ਪੂਰੇ ਕੇਸ ਨੂੰ ਇੱਕ ਟਰੇਸ ਕਰਕੇ ਰੱਖਣਾ, ਉਸ ਕੇਸ ਦੇ ਵਿੱਚ ਜਿਹੜੇ ਲੋਕ ਇਨਵੋਲਵ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਨਾ, ਜਿਹੜੇ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਉਹਨਾਂ ਨੂੰ ਟਰੇਸ ਕਰਨਾ, ਉਸ ਤੋਂ ਇਲਾਵਾ ਇਨਕਾਊਂਟਰ ਜਿਹੜੇ ਲੋਕ ਇਸ 'ਚੋਂ ਫਰਾਰ ਹੋਏ ਉਹਨਾਂ ਦਾ ਕਰਨਾ। ਤਾਂ ਇਸ ਚੀਜ਼ ਦੇ ਵਿੱਚ ਜੇਕਰ ਪੰਜਾਬ ਪੁਲਿਸ ਨੂੰ ਦੇਖਿਆ ਜਾਵੇ ਤਾਂ ਇੱਕ ਅਹਿਮ ਭੂਮਿਕਾ ਪੰਜਾਬ ਦੀ ਪੁਲਿਸ ਦੇ ਵੱਲੋਂ ਨਿਭਾਉਂਦੀ ਹੋਈ ਜਿਹੜੀ ਸਾਹਮਣੇ ਆਈ ਆ ਔਰ ਇਸ ਦੇ ਵਿੱਚ ਜੋ ਅਪਡੇਟ ਮਿਲ ਰਹੀ ਹੈ ਕਿ ਜਿਹੜੇ ਠੀਕ ਇਸ ਆਪਰੇਸ਼ਨ ਦੇ ਉੱਤੇ ਪੰਜਾਬ ਪੁਲਿਸ ਦੇ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਜ਼ਰੀਏ ਇਸ ਨੂੰ ਭਾਰਤ ਲਿਆਂਦਾ ਜਾ ਰਿਹਾ ਹੈਗਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਮਾਮਲੇ ਦੇ ਵਿੱਚ ਹੋਰ ਬਹੁਤ ਸਾਰੇ ਖੁਲਾਸੇ ਹੋਣਗੇ ਕਿ ਕਿਹੜੇ ਲੋਕ ਉਸ ਸਮੇਂ ਇਨਵੋਲਵ ਸੀਗੇ, ਕਿਸ ਤਰੀਕੇ ਦੇ ਨਾਲ ਪੂਰੀ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੈ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਜਾਂ ਜਿਹੜੇ ਇਸ ਵਕਤ ਜ਼ਮਾਨਤਾਂ 'ਤੇ ਬਾਹਰ ਚੱਲ ਰਹੇ ਹੈ। ਪਰ ਜਦੋਂ ਰੂਮੀ ਜਿਹੜਾ ਹਾਂਗਕਾਂਗ ਹੈਗਾ ਉਹ ਬਾਹਰ ਆਏਗਾ ਤਾਂ ਉਸ ਤੋਂ ਬਾਅਦ ਕੁਝ ਹੋਰ ਅਹਿਮ ਖੁਲਾਸੇ ਨੇ ਜਿਹੜੇ ਉਹ ਹੁੰਦੇ ਹੋਏ ਸਾਹਮਣੇ
ਸਾਹਮਣੇ ਆਉਣਗੇ ਕਿ ਲੋਕਲ ਲੈਵਲ ਦੇ ਉੱਪਰ ਸਪੋਰਟ ਕਿਹੜੀ ਮਿਲੀ ਆ, ਹੋਰ ਕਿਹੜੇ ਕਿਹੜੇ ਲੋਕ ਸੀ ਜਿਹੜੇ ਇਸ ਦੇ ਵਿੱਚ ਇਨਵੋਲਵ ਸੀ, ਕਿਵੇਂ ਐਡੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ, ਸਭ ਤੋਂ ਕੀ ਪੰਜਾਬ ਪੁਲਿਸ ਦੇ ਜੇਲ੍ਹ ਡਿਪਾਰਟਮੈਂਟ ਦੇ ਅਧਿਕਾਰੀ ਸ਼ਾਮਲ ਸੀ ਜਿਹੜਾ ਇਹ ਨਾਭਾ ਜੇਲ੍ਹ ਬ੍ਰੇਕ ਕਾਰਡ ਸੀ, ਇੰਨਾ ਚਰਚਾ ਦਾ ਵਿਸ਼ਾ ਰਿਹਾ ਕਿ ਸਥਾਨਕ ਪ੍ਰਸ਼ਾਸਨ ਤੇ ਬਹੁਤ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਤੇ ਕਈ ਤਰ੍ਹਾਂ ਦੇ ਵੱਡੇ ਸਵਾਲ ਵੀ ਖੜੇ ਹੋਏ, ਜਿਸ ਹਿਸਾਬ ਦੇ ਨਾਲ ਹੁਣ ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਹਾਂਗਕਾਂਗ ਦੇ ਨਾਮ ਨਾਲ ਵੀ ਇਸ ਜਿਹੜਾ ਹੈ ਇਸ ਨੂੰ ਜੋ ਮਾਸਟਰਮਾਈਂਡ ਸੀ ਉਹਨੂੰ ਜਾਣਿਆ ਜਾਂਦਾ ਹੈ, ਤਾਂ ਉਮੀਦ ਇੰਝ ਜਾਪ ਰਹੀ ਹੈ ਕਿ ਇਹ ਇਕੱਲਾ ਲੋਕਲ ਲੈਵਲ ਦਾ ਕੰਮ ਨਹੀਂ ਕਿ ਬਾਹਰ ਦੇ ਵੀ ਕਾਫੀ ਜਿਹੜੀਆਂ ਤਾਰਾਂ ਜੁੜੀਆਂ ਹੋਈਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇੰਝ ਜਾਪ ਰਿਹਾ ਹੈ ਕਿ ਹੋਰ ਵੀ ਅਹਿਮ ਜਿਹੜੇ ਖੁਲਾਸੇ ਨੇ, ਪੁੱਛਗਿੱਛ ਦੇ ਦਰਾਜ ਜਿਹੜੇ ਨੇ ਸਾਹਮਣੇ ਆ ਸਕਦੇ ਨੇ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਜਾਵੇ ਜੋ ਮੁੱਢਲੀ ਜਾਣਕਾਰੀ ਮੁਹੱਈਆ ਹੋ ਰਹੀ ਹੈਗੀ, ਰੋਮੀ ਜਿਹੜੇ ਹਾਂਗਕਾਂਗ ਨੇ ਇਹਨਾਂ ਦਾ ਜਿਹੜਾ ਸਿੱਧੇ ਤੌਰ 'ਤੇ ਸੰਬੰਧ ਹੈ ਉਹ ਹੈਗਾ ਰਮੀ ਮਿਸ਼ਾਣਾ ਦੇ ਨਾਲ। ਰਮੀ ਮਿਸ਼ਾਣਾ ਜਿਨ੍ਹਾਂ ਨੂੰ ਪਿਛਲੇ ਕੁਝ ਸਾਲ ਪਹਿਲਾਂ ਹੀ ਜਿਹੜਾ ਕਹਿ ਲਈਏ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਹੈ, ਜਿਹੜਾ ਉਹਨਾਂ ਨੂੰ ਕੀਤਾ ਗਿਆ ਸੀਗਾ ਨਾਭਾ ਜੇਲ੍ਹ ਬ੍ਰੇਕ ਦ ਮਾਸਟਰਮਾਈਂਡ ਰਮਨਜੀਤ ਸਿੰਘ ਨੂੰ ਜਿੱਥੇ ਭਾਰਤ ਲਿਆਂਦਾ ਜਾ ਰਿਹਾ, ਤਾਂ ਉੱਥੇ ਹੀ ਇਹ ਬਹੁਤ ਵੱਡਾ ਜਿਹੜਾ ਇਹ ਮਸਲਾ ਜਦੋਂ ਉੱਠਿਆ ਸੀ ਤਾਂ ਕਈ ਤਰ੍ਹਾਂ ਦੇ ਵੱਡੇ ਸਵਾਲ ਵੀ ਖੜ੍ਹੇ ਹੋਏ ਸਨ। 2016 ਦੀ ਗੱਲਬਾਤ ਹੋ ਰਹੀ ਹੈ, ਹਾਂਗਕਾਂਗ ਤੋਂ ਭਾਰਤ ਲਿਆਂਦਾ ਜਾ ਰਿਹਾ ਮਾਸਟਰਮਾਈਂਡ ਜਿਸਦਾ ਨਾਮ ਰਮਨਜੀਤ ਸਿੰਘ ਔਰ ਰੋਮੀ ਹੈ, ਤਾਂ ਅੱਜ ਸ਼ਾਮ 4 ਵਜੇ ਰਾਜਧਾਨੀ ਦਿੱਲੀ ਏਅਰਪੋਰਟ 'ਤੇ ਇਸ ਨੂੰ ਲਿਆਂਦਾ ਜਾਏਗਾ। ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਤਾਂ ਉੱਥੇ ਹੀ ਨਾਭਾ ਜੇਲ੍ਹ ਬ੍ਰੇਕ ਕੇਸ ਦੇ ਵਿੱਚ ਵੱਡੀ ਲੀਡ ਮਿਲੀ ਹੈ ਪੰਜਾਬ ਪੁਲਿਸ ਨੂੰ। 2016 ਦਾ ਮਾਮਲਾ ਹੈ ਜਦੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ, ਨਾਭਾ ਜੇਲ੍ਹ ਤੋਂ 6 ਖਤਰਨਾਕ ਮੁਲਜ਼ਮ ਫਰਾਰ ਹੋਏ ਸਨ, ਕਈ ਤਰ੍ਹਾਂ ਦੇ ਵੱਡੇ ਸਵਾਲ ਹੋਏ ਸਨ ਉਸ ਟਾਈਮ ਸਥਾਨਕ ਪ੍ਰਸ਼ਾਸਨ ਅਤੇ ਸਮੇਂ ਦੀਆਂ ਸਰਕਾਰਾਂ 'ਤੇ। ਮੇਰੇ ਸਹਿਯੋਗੀ ਰੋਹਿਤ ਬੰਸਲ ਲਗਾਤਾਰ ਬਣੇ ਹੋਏ ਨੇ। ਰੋਹਿਤ, ਪਹਿਲਾਂ ਵੀ ਤੁਸੀਂ ਇਸ ਖਬਰ 'ਤੇ ਬਹੁਤ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਤਾਂ 4 ਵਜੇ ਰਾਜਧਾਨੀ ਦਿੱਲੀ ਏਅਰਪੋਰਟ 'ਤੇ ਰੂਮੀ ਨੂੰ ਲਿਆਂਦਾ ਜਾ ਰਿਹਾ, ਹੋਰ ਕੀ ਕੁਝ ਖਾਸ ਅਪਡੇਟ ਆ ਤੁਹਾਡੇ ਕੋਲ ਤਾਜ਼ਾ? ਬਿਲਕੁਲ ਗੁਰਪ੍ਰੀਤ, ਬਠਿੰਡਾ ਜ਼ਿਲ੍ਹੇ ਦੇ ਅੰਦਰ 4 ਪਿੰਡ ਇਕੱਠੇ ਪੈਂਦੇ ਆ, ਬੰਗੀਆਂ ਉਸ ਪਿੰਡਾਂ ਨੂੰ ਕਿਹਾ ਜਾਂਦਾ, ਛੋਟੀ ਬੰਗੀ, ਵੱਡੀ ਬੰਗੀ, ਰੁੱਗੂ ਬੰਗੀ, ਬੰਗੀ ਦੀਪ ਸਿੰਘ ਵਾਲਾ, ਤਾਂ ਉਹੀ ਬੰਗੀਆਂ ਦੇ ਵਿੱਚੋਂ ਹੀ ਜਿਹੜਾ ਪਿੰਡ ਦਾ ਇਹ ਰਹਿਣ ਵਾਲਾ ਸੀਗਾ, ਜਿਹੜਾ ਰਮਨਦੀਪ ਸਿੰਘ ਉਰਫ ਰਮੀ ਜਿਸ ਨੂੰ ਕਿਹਾ ਜਾਂਦਾ ਸੀਗਾ, ਰਮੀ ਹਾਂਗਕਾਂਗ ਦੇ ਨਾਮ ਦੇ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਸੀ। 2016 ਦੇ ਵਿੱਚ ਜਦੋਂ ਨਾਭਾ ਜੇਲ੍ਹ ਬ੍ਰੇਕ ਹੁੰਦਾ ਹੈਗਾ ਤਾਂ ਉਸ ਸਮੇਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸੀ ਔਰ ਰਾਜਨਾਥ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਸੀਗੇ। ਨਾਭਾ ਜੇਲ੍ਹ ਬ੍ਰੇਕ ਹੁੰਦਾ, ਬਹੁਤ ਸਾਰੇ ਜਿਹੜੇ ਕਹਿ ਲਈਏ ਕਿ ਗੈਂਗਸਟਰ ਸੀਗੇ ਇਸ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ, ਬਹੁਤ ਸਾਰੇ ਜਿਹੜੇ ਲੋਕ ਸੀਗੇ ਜਿਹੜੇ ਜਿਨ੍ਹਾਂ ਦੇ ਸੰਪਰਕ ਪਾਕਿਸਤਾਨ ਤੱਕ ਦੱਸੇ ਜਾ ਰਹੇ ਸੀਗੇ, ਉਹ ਇਸ ਜੇਲ੍ਹ ਬ੍ਰੇਕ ਦੇ ਵਿੱਚ ਫਰਾਰ ਹੋ ਜਾਂਦੇ ਹਨ, ਜਿਨ੍ਹਾਂ ਤੋਂ ਬਾਅਦ ਦੇ ਵਿੱਚ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨਕਾਊਂਟਰ ਤੱਕ ਉਹਨਾਂ ਦੇ ਵਿੱਚ ਕੀਤੇ ਗਏ, ਚਾਹੇ ਉਹਨਾਂ ਦੇ ਵਿੱਚ ਵਿੱਕੀ ਗੌਂਡਰ ਦਾ ਇਨਕਾਊਂਟਰ ਹੈ ਜਿਹੜਾ ਉਹ ਖੁਈਆਂ ਸਰਵਰ ਦੇ ਏਰੀਏ ਦੇ ਵਿੱਚ ਕੀਤਾ ਜਾਂਦਾ, ਅਬੋਹਰ ਦੇ ਕੋਲ ਰਾਜਸਥਾਨ ਦੇ ਬਿਲਕੁਲ ਨਾਲ ਦੇ ਏਰੀਏ ਦੇ ਵਿੱਚ ਇਨਕਾਊਂਟਰ ਉਹਨਾਂ ਦਾ ਕਰ ਦਿੱਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਗੁਰਪ੍ਰੀਤ ਸੇਖੋਂ ਹੋਵੇ, ਨੀਟਾ ਦਿਓਲ ਹੋਣ, ਉਹਨਾਂ ਨੂੰ ਜਿਹੜਾ ਗ੍ਰਿਫਤਾਰ ਹੈ ਇਸ ਮਾਮਲੇ 'ਚ ਕੀਤਾ ਜਾਂਦਾ ਹੈਗਾ। ਬਕਾਇਦਾ ਤੌਰ 'ਤੇ ਬਹੁਤ ਸਾਰਿਆਂ ਨੂੰ ਸਜ਼ਾ ਵੀ ਇਸ ਮਾਮਲੇ ਵਿੱਚ ਚੱਲਣੀ ਪਈ ਔਰ ਜ਼ਮਾਨਤਾਂ ਉੱਪਰ ਵੀ ਚੱਲ ਰਹੀ ਹੈ, ਪਰ ਇਸ ਪੂਰੇ ਜਿਹੜੇ ਜੇਲ੍ਹ ਬ੍ਰੇਕ ਦਾ ਜਿਹੜਾ ਕਹੀਏ ਕਿ ਕਿੰਗ ਪਿੰਨ ਸੀਗਾ, ਉਹ ਸੀਗਾ ਰਮਨਦੀਪ ਸਿੰਘ ਉਰਫ ਰਮੀ, ਜਿਹੜਾ ਜਿਸ ਨੂੰ ਕਿਹਾ ਜਾਂਦਾ ਹੈਗਾ ਕਿ ਰੋਮੀ ਹਾਂਗਕਾਂਗ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈਗਾ। ਔਰ ਉਸ ਤੋਂ ਬਾਅਦ ਲਗਾਤਾਰ ਇੰਟਰਪੋਲ ਦੇ ਨਿਸ਼ਾਨੇ ਦੇ ਉੱਪਰ ਵੀ ਰੋਮੀ ਚੱਲ ਰਿਹਾ ਸੀ ਔਰ ਨਾਲ ਦੀ ਨਾਲ ਜਿਹੜੀ ਪੰਜਾਬ ਦੀਆਂ ਏਜੰਸੀਆਂ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸੀ, ਪਰ ਇੱਕ ਵੱਡੀ ਕਾਮਯਾਬੀ ਉਹਨਾਂ ਨੂੰ ਉਦੋਂ ਮਿਲਦੀ ਹੈਗੀ ਜਦੋਂ ਰੋਮੀ ਹਾਂਗਕਾਂਗ ਨੂੰ ਜਿਹੜਾ ਗ੍ਰਿਫਤਾਰ ਹੈਗਾ ਉਹ ਹਾਂਗਕਾਂਗ ਦੀ ਪੁਲਿਸ ਦੇ ਵੱਲੋਂ ਕਰਵਾਇਆ ਜਾਂਦਾ ਹੈਗਾ। ਔਰ ਹੁਣ ਇੰਟਰਪੋਲ ਦੇ ਜ਼ਰੀਏ ਜਿਹੜੀ ਕਹਿ ਲਈਏ ਕਿ ਜਿਹੜੇ ਇੱਕ ਅੰਤਰਰਾਸ਼ਟਰੀ ਸੰਬੰਧ ਹੁੰਦੇ ਆ ਉਹਨਾਂ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕੀਤੀ ਜਾਂਦੀ ਆ, ਔਰ ਗੱਲਬਾਤ ਤੋਂ ਬਾਅਦ ਜੋ ਚੀਜ਼ ਸਾਹਮਣੇ ਆਈ ਹੈਗੀ ਕਿ ਹੁਣ ਜਿਹੜੇ ਰੋਮੀ ਹਾਂਗਕਾਂਗ ਨੇ ਉਹਨਾਂ ਨੂੰ ਸ਼ਾਮ ਨੂੰ ਠੀਕ 4 ਵਜੇ ਭਾਰਤ ਲਿਆਂਦਾ ਜਾਏਗਾ ਔਰ ਠੀਕ 4:30 ਵਜੇ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਜਿਹੜਾ ਲਿਆਂਦਾ ਜਾਏਗਾ। ਉਸ ਤੋਂ ਬਾਅਦ ਦੇਸ਼ ਦੀਆਂ ਏਜੰਸੀਆਂ ਹੁਣ, ਪੰਜਾਬ ਦੀਆਂ ਏਜੰਸੀਆਂ ਹੁਣ, ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਹੈ ਜਿਹੜੀ ਉਹਨਾਂ ਤੋਂ ਕੀਤੀ ਜਾਏਗੀ, ਔਰ ਪੁੱਛਗਿੱਛ ਤੋਂ ਬਾਅਦ ਦੇਖਣਾ ਹੋਏਗਾ ਕਿ ਕੀ ਚੀਜ਼ਾਂ ਨੇ ਜਿਹੜੀਆਂ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਕਿਉਂਕਿ ਬਹੁਤ ਸਾਰੇ ਲੋਕ ਉਸ ਸਮੇਂ ਇਨਵੋਲਵ ਹੋਣਗੇ, ਕਿਹੜੇ ਕੋਈ ਅਧਿਕਾਰੀ ਇਸ ਦੇ ਵਿੱਚ ਇਨਵੋਲਵ ਸੀ ਜਾਂ ਕਿਹੜੇ ਉਹ ਲੋਕ ਸੀ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਏਡਾ ਵੱਡਾ ਜੇਲ੍ਹ ਬ੍ਰੇਕ ਹੈ ਜਿਹੜਾ ਉਹ ਹੋ ਪਾਇਆ ਗਿਆ, ਕਿਹੜੇ ਕਿਹੜੇ ਲੋਕਾਂ ਦੀ ਇਨਵੋਲਵਮੈਂਟ ਦੇ ਨਾਲ ਹੋ ਪਾਇਆ। ਇਹ ਇੱਕ ਵੱਡੀ ਜਿਹੜੀ
ਸਾਜ਼ਿਸ਼ ਸੀਗੀ, ਕਿਸ ਤਰੀਕੇ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ, ਇਹ ਤਮਾਮ ਚੀਜ਼ਾਂ ਕਿ ਚਾਹੇ ਤੁਹਾਡੇ ਕੋਲ ਕਿਉਂਕਿ ਜਿਹੜੀ ਜੇਕਰ ਗੁਰਪ੍ਰੀਤ ਉਸ ਦਿਨ ਪੂਰੀ ਘਟਨਾ 'ਤੇ ਨਜ਼ਰ ਮਾਰੀ ਹੈ ਨਾ, ਤਾਂ ਘਟਨਾ ਕੀ ਵਾਪਰਦੀ ਹੈ ਥੋੜ੍ਹਾ ਉਹ ਦੱਸਣਾ ਵੀ ਅੱਜ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਸ਼ਾਇਦ ਜਿਨ੍ਹਾਂ ਨੂੰ ਨਾਭਾ ਜੇਲ੍ਹ ਬ੍ਰੇਕ ਹੈ ਜਿਹੜਾ ਉਹ ਭੁੱਲ ਗਿਆ ਹੋਏਗਾ। ਹੁੰਦਾ ਕੀ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਪੇਸ਼ੀ ਦੇ ਲਈ ਲੈ ਕੇ ਜਾਂਦੇ ਹੈਗੇ, ਤਾਂ ਪੁਲਿਸ ਦੀਆਂ ਜਿਹੜੀਆਂ ਵੈਨਾਂ ਨੇਗੀਆਂ ਉਹਨਾਂ ਦੇ ਜ਼ਰੀਏ ਪੇਸ਼ੀ ਦੇ ਲਈ ਲਿਆਂਦਾ ਜਾਂਦਾ ਹੈਗਾ। ਹੁੰਦਾ ਕੀ ਹੈਗਾ ਕਿ ਆਮ ਤੌਰ 'ਤੇ ਜਿਹੜੇ ਜੇਲ੍ਹ ਹੁੰਦੇ ਆ ਉਹਨਾਂ ਦੇ ਵਿਚਕਾਰ ਇੱਕ ਗੇਟ ਰੱਖਿਆ ਜਾਂਦਾ, ਉਸ ਤੋਂ ਪਿੱਛੇ ਦੂਸਰਾ ਗੇਟ ਰੱਖਿਆ ਜਾਂਦਾ, ਪਰ ਇਸ ਪੂਰੀ ਘਟਨਾ ਦੇ ਸਮੇਂ ਕੀ ਹੁੰਦਾ ਕਿ ਪੁਲਿਸ ਦੀ ਵਰਦੀ ਦੇ ਵਿੱਚ, ਪੁਲਿਸ ਦੀ ਗੱਡੀ ਦੀ ਜਿਹੜੀ ਕਹਿ ਲਈਏ ਕਿ ਵੇਸ਼ਭੂਸ਼ਾ ਦੇ ਵਿੱਚ ਕੁਝ ਲੋਕ ਜਿਹੜੇ ਆਉਂਦੇ ਨੇ ਕਿ ਜਿਹੜੇ ਇਹਨਾਂ ਲੋਕਾਂ ਦੇ ਨਾਲ ਮਿਲੇ ਹੋਏ ਸੀਗੇ, ਔਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਜਿਹੜਾ ਲੈ ਕੇ ਜਾ ਰਹੇ ਹਾਂਗੇ ਪੇਸ਼ੀ ਦੇ ਲਈ ਕੁਝ ਕੈਦੀਆਂ ਨੂੰ ਲੈ ਕੇ ਜਾਣਾ ਹੈਗਾ। ਗੱਡੀ ਨੂੰ ਅੰਦਰ ਜਾਣ ਦੀ ਪਰਮਿਸ਼ਨ ਮਿਲਦੀ ਆ, ਔਰ ਜਿੱਦਾਂ ਹੀ ਉਹ ਗੱਡੀ ਜੇਲ੍ਹ ਦੀ ਡਿਊਟੀ ਤੱਕ ਪਹੁੰਚਦੀ ਹੈਗੀ, ਤਾਂ ਉੱਥੇ ਜਿਹੜੇ ਬੈਠੇ ਹੋਏ ਸੀਗੇ, ਚਾਹੇ ਉਹਨਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਵਿੱਕੀ ਗੌਂਡਰ ਹੈ, ਚਾਹੇ ਗੁਰਪ੍ਰੀਤ ਸੇਖੋਂ ਹੈ, ਨੀਟਾ ਦਿਓਲ ਹੈ, ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਦਾ ਨਾਮ ਖਾਲਿਸਤਾਨ ਦੇ ਨਾਲ ਵੀ ਜੋੜਿਆ ਜਾਂਦਾ ਹੈਗਾ, ਔਰ ਅੱਜ ਤੱਕ ਵੀ ਉਹ ਫਰਾਰ ਚੱਲੇ ਆ ਰਹੇ ਨੇ। ਇਹ ਜੇਲ੍ਹ ਦੀ ਡਿਊਟੀ ਦੇ ਵਿੱਚ ਉਸ ਸਮੇਂ ਬੈਠੇ ਹੋਏ ਸੀ, ਅਤੇ ਅਚਾਨਕ ਜਿਹੜੀ ਫਾਇਰਿੰਗ ਦਾ ਕੰਮ ਹੈਗਾ ਉਹ ਸ਼ੁਰੂ ਹੋ ਜਾਂਦਾ ਹੈਗਾ, ਉਹ ਇਹ ਤਮਾਮ ਲੋਕ ਨੇ ਜਿਹੜੇ ਉਹ ਉਸ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ, ਔਰ ਉਸ ਤੋਂ ਬਾਅਦ ਜਿਹੜੀ ਉਹ ਗੱਡੀ ਆ ਉਹ ਲੈ ਕੇ ਉਸ ਜਗ੍ਹਾ ਤੋਂ ਫਰਾਰ ਹੋ ਰਿਹਾ ਜਾਂਦਾ ਹੈਗਾ। LMG ਤੱਕ ਦੀਆਂ ਜਿਹੜੀਆਂ ਕਹਿ ਲਈਏ ਕਿ ਗਨ ਹੈਗੀਆਂ ਉਹ ਜੇਲ੍ਹ ਦੇ ਅੰਦਰ ਤੈਨਾਤ ਕੀਤੀਆਂ ਗਈਆਂ ਸੀ, ਪਰ ਸਵਾਲ ਇਹੀ ਹੋਏ ਕਿ ਏਡੀ ਵੱਡੀ ਗੋਲਾਬਾਰੀ ਹੋਵੇ, ਏਡੀ ਵੱਡੀ ਸਖਤ ਸੁਰੱਖਿਆ ਹੋਵੇ ਜਿਸ ਨੂੰ ਤੁਸੀਂ ਹਾਈ ਸਿਕਿਉਰਿਟੀ ਜੇਲ੍ਹ ਕਹਿੰਦੇ ਹੋ, ਉਸ ਦੇ ਵਿੱਚ ਕੋਈ ਵਿਅਕਤੀ ਇਸ ਤਰੀਕੇ ਦੇ ਨਾਲ ਕੈਦੀ ਲੈ ਕੇ ਫਰਾਰ ਹੋ ਜਾਵੇ, ਔਰ ਤੁਸੀਂ ਪੁਲਿਸ ਦੀ ਉਸ ਗੱਡੀ ਦੇ ਉੱਪਰ ਕੋਈ ਫਾਇਰਿੰਗ ਨਾ ਕਰ ਸਕੋ, ਤੁਸੀਂ ਟਾਇਰ ਤੱਕ ਕੋਈ ਗੋਲੀ ਨਾ ਮਾਰ ਸਕੋ, ਤੁਸੀਂ ਉਸ ਗੱਡੀ ਨੂੰ ਉਡਾਉਣ ਤੱਕ ਦੀ ਜਿਹੜੀ ਸ਼ਮਤਾ ਹੈਗੀ ਉਹ LMG ਦੇ ਜਿਹੜੀ ਕਹਿ ਲਈਏ ਕਿ ਗੰਨਾਂ ਦੇ ਵਿੱਚ ਹੁੰਦੀ ਆ, ਪਰ ਇਸ ਦੇ ਬਾਵਜੂਦ ਕਿਉਂ ਉਹ ਚੀਜ਼ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਨਹੀਂ ਜਾ ਸਕਿਆ, ਔਰ ਕਿਹਾ ਗਿਆ ਕਿ ਜਿਹੜੀ ਗੱਡੀ ਹੈਗੀ ਉਹ ਅੱਗੇ ਨੂੰ ਜਾਂਦੀ ਹੈਗੀ, ਅੱਗੇ ਫਾਟਕ ਬੰਦ ਸੀਗਾ, ਔਰ ਉਸ ਤੋਂ ਬਾਅਦ ਗੱਡੀ ਵਾਪਸ ਫਿਰ ਉਸ ਜੇਲ੍ਹ ਦੇ ਅੱਗੋਂ ਦੀ ਨਿਕਲੀ ਹੈਗੀ। ਪਰ ਇਹਨੇ ਕੰਮ ਦੇ ਵਿੱਚ ਕੀ ਉਹ ਕਾਰਨ ਸੀ ਕਿ ਕੋਈ ਅਲਰਟ ਨਹੀਂ ਹੋ ਸਕੇ, ਮੌਕੇ ਦੇ ਉੱਪਰ ਜਿਹੜੇ ਗ੍ਰਿਫਤਾਰੀਆਂ ਨੇ ਉਹ ਨਹੀਂ ਹੋ ਸਕੀਆਂ, ਔਰ ਉਸ ਤੋਂ ਇਸ ਦੇ ਪਿੱਛੇ ਜਿਹੜੇ ਕਿਹੜੇ ਕਿਹੜੇ ਲੋਕ ਸੀ ਜਿਨ੍ਹਾਂ ਦਾ ਹੱਥ ਇਸ ਚੀਜ਼ ਪੂਰੇ ਦੇ ਪਿੱਛੇ ਜਿਹੜਾ ਸਾਹਮਣੇ ਆ ਰਿਹਾ ਹੈਗਾ, ਬਹੁਤ ਸਾਰੇ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਲੋਕ ਸੀ, ਹਾਲਾਂਕਿ ਉਹਨਾਂ ਨੂੰ ਬਾਅਦ ਦੇ ਵਿੱਚ ਦਿੱਲੀ ਤੋਂ ਵੀ ਗ੍ਰਿਫਤਾਰੀ ਹੈ ਜਿਹੜੀ ਉਹ 1-2 ਦਿਨਾਂ ਦੇ ਅੰਦਰ ਕੀਤੀ ਜਾਂਦੀ ਹੈ, ਪਰ ਗੁਰਪ੍ਰੀਤ ਸੇਖੋਂ ਹੋਵੇ, ਨੀਟਾ ਦਿਓਲ ਹੋਵੇ, ਉਹਨਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਦੇਰੀ ਨਾਲ ਕੀਤੀ ਗਈ। ਵਿੱਕੀ ਗੌਂਡਰ ਲਗਾਤਾਰ ਫਰਾਰ ਰਹੇ, ਪਰ ਉਹਨਾਂ ਦਾ ਜਿਹੜਾ ਅੰਤ ਸੀਗਾ ਉਹ ਇੱਕ ਕਹਿ ਲਈਏ ਕਿ ਜਦੋਂ ਪੁਲਿਸ ਦੇ ਨਾਲ ਇਨਕਾਊਂਟਰ ਹੁੰਦਾ ਹੈਗਾ ਉਸ ਦੇ ਵਿੱਚ ਹੁੰਦਾ ਹੈਗਾ ਕਿ ਉਹਨਾਂ ਨੂੰ ਖੁੱਲ੍ਹੀਆਂ ਸਰਵਰ ਦੇ ਏਰੀਏ ਦੇ ਵਿੱਚ ਮਾਰ ਦਿੱਤਾ ਜਾਂਦਾ ਹੈਗਾ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪੂਰੀ ਘਟਨਾ ਦੇ ਪਿੱਛੇ ਕਿਹੜੇ ਲੋਕ ਇਨਵੋਲਵ ਸੀ, ਮੋਟਿਵ ਉਹਨਾਂ ਦਾ ਕੀ ਸੀ, ਕਿਉਂ ਅਜਿਹਾ ਉਹਨਾਂ ਨੇ ਕੀਤਾ, ਕਿਹੜੇ ਕਿਹੜੇ ਲੋਕਾਂ ਦੀ ਮਦਦ ਦੇ ਨਾਲ ਕੀਤਾ, ਕਿ ਪੁਲਿਸ ਇਸ ਦੇ ਵਿੱਚ ਸ਼ਾਮਿਲ ਸੀ ਜਾਂ ਵੱਡੇ ਅਧਿਕਾਰੀ ਸ਼ਾਮਿਲ ਸੀ, ਕੀ ਕਿਸੇ ਦੇ ਵੱਲੋਂ ਕਿਸੇ ਚੀਜ਼ ਨੂੰ ਮਨਾਹੀ ਦਿੱਤੀ ਗਈ ਜਾਂ ਕਿਸੇ ਚੀਜ਼ ਦੀ ਛੂਟ ਦਿੱਤੀ ਗਈ, ਇਹ ਤਮਾਮ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਜਦੋਂ ਜਾਂਚ ਖੁੱਲੇਗੀ ਤਾਂ ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਜੀ ਠੀਕ ਹੈ, ਠੀਕ ਹੈ ਰੋਹਿਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ, ਤੁਸੀਂ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਅੱਗੇ ਵੱਧ